ਫੁੱਲ ਜਾਮ, ਲਾਲੀ ਦਾ ਪਾਰ ਕਰ ਲਿਆ ਆਪਾਂ ਫਾਟਕ। ਟੇਸਟ ਕਰਕੇ ਦੇਖ ਦੇਖ ਟੇਸਟ ਕਰਕੇ ਨਹੀਂ ਨਹੀਂ ਜੀ, ਇਹ ਕਰਕੇ ਹੈ। ਹਾਂਜੀ, ਗੁੱਡ ਆਫਟਰਨੂਨ ਫਰੈਂਡ, ਕੀ ਹਾਲ ਚਾਲ ਆਪਣੀ ਸਾਰੀ ਫੈਮਿਲੀ ਦਾ। ਟਾਈਮ ਹੋ ਚੁੱਕਿਆ ਜੀ 4 ਸ਼ਾਮ ਦੇ, ਅਤੇ ਅੱਜ ਬੈਠੇ ਹੋਈ ਸੀ, ਸਾਲੀ ਸਾਹਿਬਾ ਦਾ ਫੋਨ ਆਇਆ ਅਤੇ ਉਹਨਾਂ ਦੇ ਘਰ ਚੱਲ ਪਏ ਹਾਂ ਬਟਾਲਾ। ਆ ਜਾ ਫਿਰ ਅੱਗੇ। ਲਾਲੀ ਤੂੰ ਮੈਂ ਮੂਡ ਬਣ ਗਿਆ ਜਾਣ ਦਾ। ਹਾਂਜੀ ਚੱਲ ਰਹੇ ਹਾਂ ਜੀ, ਬਸ ਆਪਣਾ ਇੱਥੋਂ ਜਾਮ ਚੋਂ ਨਿਕਲ ਜਾਈਏ, ਔਰ ਰਸਤੇ 'ਚ ਆਪਣਾ ਬਸ ਚਾਹ ਪਾਣੀ ਵਾਸਤੇ ਰੁਕਾਂਗਾ ਥੋੜ੍ਹੀ ਦੇਰ ਜੇ ਕਿਧਰੇ ਟਾਈਮ ਮਿਲਿਆ ਤਾਂ। ਔਰ ਐਸ਼ੂ ਪੂਰੀ ਐਕਸਾਈਟਿਡ ਹੈ, ਹੈਂ ਚੱਲਣਾ ਹੈ ਨਾ, ਹੈਂ ਸੱਚੀ ਮੈਂ ਮਾਛੀ ਕੀ ਕਰ। ਚਲੋ ਫਿਰ ਲਓ ਬਾਈ, ਫੁੱਲ ਜਾਮ, ਲਾਲੀ ਦਾ ਪਾਰ ਕਰ ਲਿਆ ਆਪਾਂ ਫਾਟਕ। ਹਾਂਜੀ ਕਿਆ ਹੋ ਗਿਆ ਐਚੋ, ਕੁਛ ਕੰਨਾਂ 'ਚ ਕਹਿੰਦਾ ਹੀ ਹੈ ਨਾ, ਮੇਰੇ ਕੱਪੜੇ ਅਲਮਾਰੀ 'ਚ ਸਾਰੇ ਪਏ ਇਹ ਤੇ ਜੁੱਤੀ ਮੇਰੀ ਬਾਰੀ। ਹਾਂਜੀ ਆਪਾਂ ਆ ਗਏ ਰਾਜਪੁਰ ਵਾਲੇ ਹਾਈਵੇ ਤੇ, ਖਾਣ ਪੀਣ ਦਾ ਸਮਾਨ ਲੈ ਲਿਆ, ਆ ਥੱਲੇ ਪਿਆ ਕੁਛ ਕੋਲਡ ਡਰਿੰਕ ਔਰ ਟੋਫੀਆਂ ਟਾਫੀਆਂ ਲੈ ਲਈਆਂ ਨਾ ਰਸਤੇ 'ਚ ਜਾਣ ਵਾਸਤੇ, ਕਿਉਂਕਿ ਨਿਕਲੇ ਵੀ ਐਸੇ ਟਾਈਮ ਆ, ਟਾਈਮ 4:30 ਹੋ ਗਏ ਨਾ। ਇੱਕ ਵਾਰ ਰਾਜਪੁਰੇ ਵਾਲੇ ਤੋਂ ਆਪਾਂ ਅੰਮ੍ਰਿਤਸਰ ਵਾਲੇ ਹਾਈਵੇ ਚੱਲ ਲਈਏ। ਹੁਣ ਅਸੀਂ ਜ਼ੀਰਕਪੁਰ ਤੋਂ ਲੈ ਕੇ ਜਿਹੜਾ ਰਾਹ ਜਾ ਰਿਹਾ ਰਾਜਪੁਰੇ ਨੂੰ ਉਸ 'ਤੇ ਹੈਗੇ ਹਾਂ। ਤੁਹਾਡਾ ਵੱਜਣ ਦੇ ਵਾਸਤੇ ਆਪਣੇ ਇੰਨੇ ਸਟੋਪ ਲੱਗ ਗਏ ਰਸਤੇ 'ਚ, ਪਤਾ ਨਹੀਂ ਹਰ 20 ਕਿਲੋਮੀਟਰ 'ਤੇ ਇੱਕ ਸਟੋਪ ਲਈਦਾ ਆਪਾਂ, ਕਿੱਥੇ ਤੱਕ ਪਹੁੰਚਣਾ ਕਿੱਥੇ ਤੱਕ ਨਹੀਂ। ਬੰਦਾ ਹੈਰਾਨ, ਬੰਦਾ ਹੈਰਾਨ ਹੋਏਗਾ। ਟੇਸਟ ਕਰਕੇ ਦੇਖ ਦੇਖ ਟੇਸਟ ਕਰਕੇ ਨਹੀਂ 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 ਜੀ, ਇਹ ਘਰ ਕੇ ਹੈ, ਹਮਾਰੇ ਪੇਟ ਕੇ ਹੈ, ਦੇਣੇ ਜਾ ਰਹੇ ਰਿਸ਼ਤੇਦਾਰੋ ਕੋ, ਲੋ ਆਪ ਟੇਸਟ ਕਰੋ। ਔਰ ਇਹ ਕੈਸੇ ਦੀ ਆਲੂ ਬੁਖਾਰੇ, ਇਹ ਖੱਟੇ ਨਾ ਹੋਣ, ਇਹ ਖੱਟੇ ਹੀ ਹੋਣਗੇ ਮੈਨੂੰ ਲੱਗ ਰਿਹਾ। ਹਾਂਜੀ ਫਾਈਨਲੀ ਆਪਾਂ ਪਹੁੰਚ ਗਏ ਜੀ ਫਿਲੌਰ, ਸੀ ਐਨ ਜੀ ਫਿਲ ਕਰਾਉਣੀ ਹੈਗੀ ਸੀ ਕਿਉਂਕਿ ਗੱਡੀ ਕੁਛ ਪਹਿਲਾਂ ਚੱਲੀ ਹੋਈ ਸੀ, ਨਹੀਂ ਤਾਂ ਨਿਕਲ ਤਾਂ ਜਾਂਦੀ ਬਿਆਸ ਤੱਕ, ਪਰ ਹੁਣ ਫਿਲੌਰ ਤੋਂ ਆਪਾਂ ਫੁੱਲ ਕਰਾ ਲਈਏ ਅਤੇ ਫਿਰ ਉਸ ਤੋਂ ਬਾਅਦ ਹੁਣ ਆਪਾਂ ਰੁਕਾਂਗੇ ਕਿਸੇ ਢਾਬੇ 'ਤੇ। ਹਾਂਜੀ ਮੇਰੇ ਬੇਟੇ, ਹਾਂਜੀ ਹੁਣ ਆਪਣਾ ਦੇਖਦੇ ਹਾਂ ਜੀ, ਇੰਝ ਕਰਦੇ ਹਾਂ ਪਹਿਲਾਂ ਇੱਕ ਵਾਰ ਪੁੱਲ ਦੇ ਉੱਪਰ ਚੜ੍ਹ ਲਈਏ ਅਤੇ ਕੋਈ ਢਾਬਾ ਦੇਖ ਗਿਆ ਅਤੇ ਉੱਥੇ ਚਾਹ ਚੂਹ ਪੀ ਲਾਂਗੇ ਅਤੇ ਫਿਰ ਦੈਨ ਅੱਗੇ ਨਿਕਲ ਜਾਂਗੇ ਆਪਾਂ, ਫਿਰ 21 ਬਸ ਲਗਾ ਦਿਆਂਗੇ। ਵੈਸੇ ਲਗਾ ਤਾਂ ਮੈਂ ਦਿੰਦਾ ਹੀ, ਪਰ ਤੁਹਾਨੂੰ ਪਤਾ ਹੀ ਆ ਲੇਡੀਜ਼ ਦਾ ਪਹਿਲਾਂ ਘਰੋਂ ਨਿਕਲਿਆ 10-10, 20 ਕਿਲੋਮੀਟਰ ਅਤੇ ਆਪਾਂ ਬ੍ਰੇਕ ਲੈਂਦੇ ਰਹੇ ਹਾਂ, ਕਦੀ ਕੁਛ ਲੈਣਾ ਕਦੀ ਕੁਛ ਲੈਣਾ। ਅੱਛਾ ਨਾਲੇ ਸਿੰਘੂ ਬਾਰਡਰ, ਨਾ ਸਿੰਘੂ ਸੋਰੀ ਕਹਿ ਰਿਹਾ, ਸ਼ੰਭੂ ਵਾਲਾ, ਸ਼ੰਭੂ ਬੰਦ ਹੈਗਾ ਆਪਣਾ ਅਤੇ ਵਾਇਆ ਚੰਡੀਗੜ੍ਹ ਆਪਾਂ ਨੂੰ ਘੁੰਮ ਕੇ ਆਉਣਾ ਪੈਂਦਾ ਹੈਗਾ, ਪਰ ਐਤਕੀ ਸਾਨੂੰ ਲਾਲੀ ਵਾਲਾ ਰਸਤਾ ਠੀਕ ਮਿਲ ਗਿਆ ਸੀ, ਨਹੀਂ ਤਾਂ ਜਾਣਾ ਸਾਨੂੰ ਉੱਥੇ ਹੀ ਪੈਂਦਾ ਕਿ ਪਹਿਲਾਂ ਜ਼ੀਰਕਪੁਰ, ਜ਼ੀਰਕਪੁਰ ਤੋਂ ਫਿਰ ਸਾਨੂੰ ਰਾਜਪੁਰ ਆਉਣਾ ਪੈਂਦਾ।
ਨਿਕਲਦੇ ਆਪਾਂ ਰੂਪਨਗਰ ਨੂੰ ਵੀ ਸਕਦੇ ਸੀ, ਪਰ ਉੱਧਰ ਟੋਲ ਪੈ ਜਾਂਦੇ ਨੇ, ਇੱਧਰ ਸੱਜਣਾ ਨੂੰ ਟੋਲ ਕੋਈ ਨਹੀਂ ਹੈਗਾ, ਲੁਧਿਆਣੇ ਵਾਲਾ ਕਿਸਾਨਾਂ ਨੇ ਬੰਦ ਕਰਤਾ, ਸਿਰਫ 100 ਰੁਪਏ ਦਾ ਟੋਲ ਅਪ ਡਾਊਨ ਦਾ ਹੈਗਾ, ਉਹ ਸਾਨੂੰ ਬਿਆਸ ਵਾਲਾ ਪਏਗਾ। ਅਤੇ ਬਸ ਹੁਣ ਆਪਣਾ ਵਾਸ਼ਰੂਮ ਵਗੈਰਾ ਗਏ ਹੋਏ ਨੰਬਰ, ਉਸ ਤੋਂ ਬਾਅਦ ਫਿਰ ਆਪਾਂ ਨਿਕਲਦੇ ਹਾਂ, ਚਾਹ ਪਾਣੀ ਪੀਂਦੇ ਹਾਂ ਕਿਸੇ ਢਾਬੇ ਢੁਬੇ 'ਤੇ। ਦੈਨ ਐਸ਼ੂ ਆਪਣਾ ਲੱਗੀ ਹੈ ਖੇਲਣ। ਐਸ਼ੂ ਬੋਰ ਤੋਂ ਨਹੀਂ ਹੋ ਰਹੇ? ਓਏ ਐਸ਼ੂ ਗੱਲ ਤਾਂ ਸੁਣ, ਉਹ ਮੇਰੇ ਕੋਲ ਪੁੱਛੀ ਤੂੰ ਕਰ ਜਲਦੀ। ਹਾਂਜੀ ਆਪਾਂ ਪਹੁੰਚਣ ਵਾਲੇ ਹਾਂ ਜੀ ਜਲੰਧਰ। ਚਾਹ ਆਪਾਂ ਲੈ ਲਈ ਸੀ ਹੱਥ 'ਚ, ਵੀ ਚਲਦੇ ਚਲਦੇ ਆਪਾਂ ਪੀ ਲਈਏ। ਬੇਟਾ ਮੇਰੇ ਕੋਲ ਇੱਕ ਮਿੰਟ ਵਲੋਗ ਬਣਾ ਲੈਂਦੇ ਪੂਰਾ, ਕਿਉਂਕਿ ਰਸਤੇ ਦੇ ਅੰਦਰ ਆਪਾਂ ਫਿਰ ਲੇਟ ਹੋ ਜਾਣਾ ਸੀ। ਅਗਰ ਜੇ ਹੁਣੇ 7:45 ਹੋ ਚੁੱਕੇ ਨੇ, 7:45 ਕੀ 7 ਹੀ ਵੱਜ ਗਏ ਨਾ, ਅੱਜ ਅਸੀਂ ਆਪਣੇ ਟੂਰ 'ਤੇ ਹਾਂ। ਐਸ਼ੂ ਹੀ ਸਾਰਾ ਵਲੋਗ ਅੱਜ ਖਤਮ ਕਰਾਏਗੀ। ਚਲੋ ਚਾਹ ਖਤਮ ਕਰੀਏ ਪਹਿਲਾਂ ਫਟਾਫਟ, 3 ਕੱਪਾਂ ਦੇ ਅੰਦਰ ਲੈ ਜੀ। ਫਾਈਨਲੀ ਆਪਾਂ ਬਿਆਸ ਪਹੁੰਚ ਚੁੱਕੇ ਹਾਂ ਜੀ, ਬਸ ਬਿਆਸ ਤੋਂ ਬਟਾਲਾ ਰਹਿ ਗਿਆ ਥੋੜ੍ਹਾ ਜਿਹਾ, ਕੋਈ 1 ਘੰਟੇ ਦਾ ਸਫ਼ਰ ਹੋਣਾ, 1 ਘੰਟਾ ਕੁ ਲੱਗ ਜਾਏਗਾ। ਹੋਰ ਰੁਕੇ ਹਾਂ ਬਸ, ਇੱਕ ਵਾਸ਼ਰੂਮ ਵਗੈਰਾ ਬਸ ਜਾਈਏ, ਅਤੇ ਹੁਣ ਬਸ ਆਪਾਂ ਸਿੱਧਾ ਉੱਥੇ ਪਹੁੰਚਾਂਗੇ। ਮੌਸਮ ਵਧੀਆ ਸੀ ਅੱਜ, ਤੇਰੀ ਮਾਛੀ ਇਤਨੀ ਦੂਰ ਰਹਿਤੀ ਹੈ ਤੋ ਮੈਂ ਕਿਆ ਕਰੂੰ, ਆਪਣੀ ਮਾਛੀ ਕੋ ਬੋਲੋ ਪਾਸ ਆ ਜਾਓ, ਮੂੰਹ ਕਿਆ ਪਿੰਡ ਚ ਬੁਲਾ ਲਓ। ਆ ਦੇਖੋ ਬਾਈ ਆਪਣਾ ਹੁਣ ਔਨ ਰੋਡ ਹੀ ਬਸ ਆਪਣਾ ਖਲੋ ਗਏ ਸੀ, ਵਾਸ਼ਰੂਮ ਵਗੈਰਾ ਕਰਕੇ ਤੇ ਫਿਰ ਨਿਕਲਦੇ ਹਾਂ ਜੀ ਆਪਾਂ, ਅੱਗੇ ਦਾ ਸਫ਼ਰ ਕੰਟੀਨਿਊ ਕਰੀਏ। ਵੈਸੇ ਜਨਾਨੀਆਂ ਅਗਰ ਕਿਧਰ ਰੋਕ ਲੈਣ ਨਾ ਕਦੀ ਕੁਛ, ਕਦੀ ਕੁਛ ਜਦੋਂ ਚੱਲੇ ਗਏ ਸੀ ਆਪਾਂ ਤਾਂ ਹਰ 10-12 ਕਿਲੋਮੀਟਰ 'ਤੇ ਗੱਡੀ ਰੋਕਣੀ, ਕਦੀ ਕੁਛ ਲੈਣਾ, ਕਦੀ ਕੁਛ ਲੈਣਾ, ਕਦੀ ਕੋਲਡ ਡਰਿੰਕ ਲੈ ਲਈ, ਚਿਪਸ ਵਿਪਸ ਲੈ ਲਏ ਖਾਣ ਪੀਣ ਨੂੰ। ਹੁਣ ਕਿਸੇ ਢਾਬੇ 'ਤੇ ਰੁਕ ਗਿਆ, ਹੁਣ ਪਤਾ ਨਹੀਂ ਇੱਥੇ ਚਾਹ ਚੂਹ ਪੀਂਦੇ ਨੇ ਕਿ ਨਹੀਂ, ਵੈਸੇ ਤਾਂ ਰਸਤਾ 1 ਘੰਟੇ ਕਦਾ ਰਹਿ ਗਿਆ ਸਾਰਾ ਹੀ, ਵੇਟ ਕਰਨੀ ਬੜੀ ਔਖੀ ਹੈ। ਅੱਜ ਵੀ ਬਸ ਇੱਕ ਕਿਸਮ ਦਾ ਡਰਾਈਵਰ ਹੀ ਬਣਾ ਦਿੱਤਾ, ਨਿਕਲੇ ਤਾਂ ਆਪਣੇ ਟੂਰ ਵਾਸਤੇ ਸੀ ਕਿ ਆਪਾਂ ਅੱਜ ਟੂਰ, ਚਲੋ ਆ ਗਈ ਹੈ ਸ਼ੂ ਵੀ ਆ ਗਈ ਹੈ, ਵੀ ਚਲੋ ਟੂਰ ਵਗੈਰਾ ਆਪਣਾ ਲਗਾ ਲਈਏ, ਘੁੰਮ ਫਿਰ ਆਈਏ, ਬੱਚੇ ਨੂੰ ਲੈ ਕੇ ਨਹੀਂ ਗਏ ਕਿਧਰੇ। ਅਤੇ ਸਾਲੀ ਸਾਹਿਬਾ ਹੁਣ ਜੀਜਿਆਂ ਨੂੰ ਤੁਹਾਨੂੰ ਪਤਾ ਹੀ ਹੈ ਵੀ ਸਾਲੀਆਂ ਦਾ ਚਾਹ, ਅਤੇ ਸਾਲੀ ਨੂੰ ਜਾਮਣ ਖਵਾਉਣੇ ਸੀ, ਲੈ ਆਏ, ਅਤੇ ਨਾਲੇ ਘੁੰਮ ਫਿਰ ਜਾਵਾਂਗੇ, ਕੱਲ੍ਹ ਦੀ ਵਾਪਸੀ ਕਰ ਲਵਾਂਗੇ ਬਸ ਆਪਾਂ। ਇੱਕਦਮ ਹੀ ਸਡਨਲੀ ਬੈਠੇ ਬੈਠੇ ਸੀ, ਤਾਂ ਹੀ ਆਪਣਾ ਪਲੈਨ ਬਣ ਗਿਆ ਵੀ ਚਲੋ ਚਲਦੇ ਹੀ ਹਾਂ, ਅਤੇ ਬਸ ਤਾਂ ਹੀ ਚਲੇ ਗਏ ਆ ਗਏ, ਚਲੋ ਬਸ ਨਿਕਲੀਏ। ਚਲੋ ਜੀ ਫਾਈਨਲੀ ਆਪਾਂ ਚੱਲ ਪਏ ਹਾਂ ਜੀ ਢਾਬੇ ਤੋਂ, ਅਤੇ ਸਿੱਧਾ ਸੀ ਐਨ ਜੀ ਪੰਪ 'ਤੇ ਮਿਲਾਂਗਾ ਬਸ ਹੁਣ ਤੁਹਾਨੂੰ। ਸੇਵ ਕੀ ਰੇਟ ਆ ਬਾਈ? 160 ਜੀ 180। ਅੱਛਾ, ਔਰ ਅੰਗੂਰ? ਓਕੇ, ਅਤੇ ਆ ਬੱਬੂ ਵਿਸ਼ੇ ਆ ਲੈ ਲਈਏ ਪ੍ਰੀਤੀ, ਦੱਬ ਕੇ ਦੇਖ ਲਾ ਹੁਣ, ਕਾਗਜ਼ ਦੇਖ ਲਾ, ਨਹੀਂ ਤਾਂ ਇੱਕ ਨੂੰ, ਹਾਂ ਠੀਕ ਹੈ, ਇੱਕ ਤਾਂ ਆਹ ਕਰ ਦਿਓ, ਠੀਕ ਜੇ ਪਾ ਲਾ ਜੀ। ਫਰੂਟ ਆਪਣਾ ਬਸ ਲੈ ਕੇ ਔਰ ਨਾਲ ਦੇ ਨਾਲ ਚੱਲੀਏ ਵਾਪਸੀ, ਪਹੁੰਚਣ ਵਾਲੇ ਹਾਂ, ਰਹਿ ਗਿਆ ਕੋਈ 10-12 ਕਿਲੋਮੀਟਰ। ਨਹੀਂ ਤਾਂ 70 ਦਾ ਕਿਲੋ ਗਿਆ ਤਾਂ ਫਿਰ, ਚਲੋ ਬਸ ਇਹਦਾ ਮਿਲਾਂ ਬਟਾ ਲਾ। ਹਾਂਜੀ ਫਾਈਨਲੀ ਬਸ ਪਹੁੰਚ ਗਏ ਆਪਾਂ ਜੀ, ਕਲੋਨੀ 'ਚ ਆ ਗਏ ਹਾਂ, ਬੱਚਿਆਂ ਦਾ ਫੋਨ ਸੈਂਡਲ ਪਾ ਲਿਆ ਮੇਰੇ ਬਾਬੂ, ਪਾ ਲੈ ਬੇਟੇ ਬਸ ਪਹੁੰਚ ਗਏ, ਚੱਪਲ ਪਾ ਕੇ ਲੋ ਜੀ ਫਾਈਨਲੀ ਪਹੁੰਚ ਗਏ ਜੀ।
ਰੋਟੀ ਪਾਣੀ ਡਨ ਆਪਣਾ, ਹੁਣ ਵੀਡੀਓ ਐਂਡ ਕਰਨੀ ਭੁੱਲ ਗਿਆ ਸੀ, ਕਾਫੀ ਦੇਰ ਤੇ ਬੈਠੇ, ਰਾਤ ਦੇ 1 ਵੱਜ ਗਏ ਨਾ, ਹੁਣ ਦੁਬਾਰਾ ਫਿਰ ਚਾਹ ਚੂਹ ਲੈਣ ਗਏ ਨਾ, ਗੱਪਾਂ ਛੱਪਾਂ ਮਾਰ ਰਹੇ ਹਾਂ। ਅਤੇ ਇਸ ਵੀਡੀਓ ਨੂੰ ਇੱਥੇ ਐਂਡ ਕਰਦੇ ਹਾਂ, ਹੋਪ ਕਰਦੇ ਹਾਂ ਤੁਹਾਨੂੰ ਇਸ ਵੀਡੀਓ ਵਿੱਚ ਮਜ਼ਾ ਆਏਗਾ। ਜੇ ਤੁਹਾਨੂੰ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਨਾ, ਜਿਨ੍ਹਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਸਬਸਕ੍ਰਾਈਬ ਕਰਨਾ, ਵੀਡੀਓ 'ਚ ਕਮੈਂਟ ਕਰਕੇ ਦੱਸਣਾ ਕੀ ਅੱਛਾ ਲੱਗਿਆ ਕੀ ਬੁਰਾ ਲੱਗਿਆ। ਮਿਲਦੇ ਹਾਂ ਕਿਸੇ ਹੋਰ ਵਧੀਆ ਜੀ ਵੀਡੀਓ ਵਿੱਚ, ਟਿਲ ਦੈਨ ਬਾਏ 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 ਬਾਏ।